ਹਾਂਜੀ, ਅੱਜ ਆਪਾਂ 10 ਗੁਰੂ ਸਾਹਿਬਾਨਾਂ ਜੀ ਦੇ ਜੀਵਨ ਬਿਓਰੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ। ਕੱਲ੍ਹ ਆਪਾਂ ਨੇ ਆਪਣੇ ਗੁਰੂ ਸਾਹਿਬਾਨ, ਗੁਰੂ ਸ਼ਬਦ ਦਾ ਅਰਥ, ਸਿੱਖ ਸ਼ਬਦ ਦਾ ਅਰਥ, ਅਤੇ ਨਾਲ ਹੀ ਆਪਾਂ ਨੇ ਸਿੱਖ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ। ਅਤੇ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਆਪਣੇ 10 ਗੁਰੂ ਸਾਹਿਬਾਨਾਂ ਜੀ ਦਾ ਜੀਵਨ, ਉਹਨਾਂ ਦੇ ਮਾਤਾ ਪਿਤਾ ਕਿੱਥੇ, ਉਹ ਜੋਤੀ ਜੋਤ ਸਮਾਏ ਸੀ, ਸਾਰਾ ਕੁਛ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਕੌਣ ਨੇ ਆਪਣੇ? ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ 1469 ਈਸਵੀ ਦੇ ਵਿੱਚ ਰਾਏ ਭੋਏ ਦੀ ਤਲਵੰਡੀ, ਜੋ ਅੱਜ ਕੱਲ੍ਹ ਨਨਕਾਣਾ ਸਾਹਿਬ ਹੈ ਪਾਕਿਸਤਾਨ ਦੇ ਵਿੱਚ। ਮਾਤਾ ਪਿਤਾ, ਮਾਤਾ ਦਾ ਨਾਮ ਉਹਨਾਂ ਦਾ ਮਾਤਾ ਤ੍ਰਿਪਤਾ ਜੀ, ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ, ਅਤੇ ਕਲਿਆਣ ਦਾਸ ਜੀ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਸੀ। ਪਤਨੀ ਬੀਬੀ ਸੁਲੱਖਣੀ ਜੀ, ਅਤੇ ਉਹਨਾਂ ਦੀ ਭੈਣ ਕੌਣ ਸੀ? ਬੀਬੀ ਨਾਨਕੀ ਜੀ। ਸਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ। ਰਚਨਾ ਕਿਹੜੀਆਂ ਕਿਹੜੀਆਂ ਕੀਤੀਆਂ ਉਹਨਾਂ ਨੇ? ਰਚਨਾਵਾਂ ਜਪਜੀ ਸਾਹਿਬ, ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ 12 ਮਾਹ ਅਤੇ 974 ਸ਼ਬਦ। ਗਿਆਨ ਪ੍ਰਾਪਤੀ, ਬੇਈ ਨਦੀ 'ਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਗੁਰੂ ਨਾਨਕ ਦੇਵ ਜੀ ਨੂੰ। ਸ਼ਹਿਰ ਕਿਹੜੇ ਕਿਹੜੇ ਸਥਾਪਿਤ ਕੀਤੇ ਸੀ? ਕਰਤਾਰਪੁਰ ਸਾਹਿਬ ਲਾਹੌਰ, ਜੋ ਪਾਕਿਸਤਾਨ ਦੇ ਵਿੱਚ ਹੈ। ਪ੍ਰਥਾਵਾਂ ਆਰੰਭ ਕੀਤੀ, ਲੰਗਰ ਪ੍ਰਥਾ ਉਹਨਾਂ ਨੇ ਆਰੰਭ ਕੀਤੀ। ਉਸ ਸਮੇਂ ਦੇ ਮੁਗਲ ਬਾਦਸ਼ਾਹ ਕੌਣ ਸੀ? ਬਾਬਰ ਪਹਿਲਾ ਮੁਗਲ ਬਾਦਸ਼ਾਹ ਅਤੇ ਸ਼ੇਰ ਸ਼ਾਹ ਸੂਰੀ। ਉੱਤਰਾਧਿਕਾਰੀ ਕੌਣ ਸੀ? ਭਾਈ ਲੈਣਾ ਜੀ, ਗੁਰੂ ਅੰਗਦ ਦੇਵ ਜੀ, ਜੋ ਸਾਡੇ ਦੂਜੇ ਗੁਰੂ ਹੋਏ ਸੀ। ਜੋਤੀ ਜੋਤ ਕਿੱਥੇ ਸਮਾਈ ਸੀ? ਕਰਤਾਰਪੁਰ ਸਾਹਿਬ ਵਿਖੇ 1539 ਈਸਵੀ ਦੇ ਵਿੱਚ। ਅੱਗੇ ਨੈਕਸਟ ਆਪਾਂ ਪੜ੍ਹਾਂਗੇ ਆਪਣੇ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ। ਉਹਨਾਂ ਦਾ ਜਨਮ 1504 ਈਸਵੀ ਨੂੰ ਮੱਤੇ ਦੀ ਸਰਾਏ ਜਾਂ ਸਰਾਏ ਨਗਰ ਦੇ ਵਿੱਚ ਹੋਇਆ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਮਾਤਾ ਪਿਤਾ ਮਾਤਾ ਦਇਆ ਜੀ ਅਤੇ ਪਿਤਾ ਭਾਈ ਫੇਰੂਮਲ ਜੀ। ਪਤਨੀ ਉਹਨਾਂ ਦੀ ਬੀਬੀ ਖੀਵੀ ਜੀ, ਅਤੇ ਸਪੁੱਤਰ ਅਤੇ ਸਪੁੱਤਰੀ, ਸਪੁੱਤਰ ਸ਼੍ਰੀ ਦਾਤੂ ਜੀ, ਸ਼੍ਰੀ ਦਾਸੂ ਜੀ, ਸਪੁੱਤਰੀਆਂ ਬੀਬੀ ਅਨੋਖੀ ਜੀ ਅਤੇ ਬੀਬੀ ਅਮਰੋ ਜੀ। ਗੁਰਗੱਦੀ ਕਦੋਂ ਪ੍ਰਾਪਤ ਹੋਈ ਸੀ ਗੁਰੂ ਅੰਗਦ ਦੇਵ ਜੀ ਨੂੰ? 1539 ਤੋਂ 1552 ਈਸਵੀ ਦੇ ਵਿੱਚ। ਖੋਜ ਗੁਰਮੁਖੀ ਲਿਪੀ, ਪੰਜਾਬੀ ਵਰਨਮਾਲਾ ਨੂੰ ਸਹੀ ਤਰਤੀਬ ਦਿੱਤੀ। ਪਰੰਪਰਾ ਸ਼ੁਰੂ ਕੀਤੀ ਮੱਲ ਅਖਾੜਾ, ਰਚਨਾ 63 ਸਲੋਕ ਸੀਗੇ ਉਹਨਾਂ ਦੇ। ਸ਼ਹਿਰ ਸਥਾਪਿਤ ਕੀਤਾ ਖੰਡੂਰ ਸਾਹਿਬ, ਅੱਜ ਕੱਲ੍ਹ ਤਾਂ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਹੈ। ਉਸ ਸਮੇਂ ਦੇ ਮੁਗਲ ਬਾਦਸ਼ਾਹ ਹਮਾਯੂ ਅਤੇ ਸ਼ੇਰ ਸ਼ਾਹ ਸੂਰੀ ਸੀ। ਉੱਤਰਾਧਿਕਾਰੀ ਕੌਣ ਸੀ? ਗੁਰੂ ਅਮਰਦਾਸ ਜੀ। ਜੋਤੀ ਜੋਤ ਕਦੋਂ ਸਮਾਈ ਸੀ? ਖੰਡੂਰ ਸਾਹਿਬ ਵਿਖੇ 1552 ਈਸਵੀ ਦੇ ਵਿੱਚ। ਅੱਗੇ ਤੀਸਰੇ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅਮਰਦਾਸ ਜੀ ਜਨਮ 1479 ਈਸਵੀ ਨੂੰ ਵਾਸਰ ਕੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮਾਤਾ ਪਿਤਾ ਮਾਤਾ ਸੁਲੱਖਣੀ ਜੀ, ਪਿਤਾ ਸ਼੍ਰੀ ਤੇਜਪਾਨ ਜੀ। ਪਤਨੀ ਮਨਸਾ ਦੇਵੀ ਜੀ, ਸਪੁੱਤਰ ਸਪੁੱਤਰੀ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ, ਸਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਗੁਰਗੱਦੀ ਕਦੋਂ ਪ੍ਰਾਪਤ ਹੋਈ ਉਹਨਾਂ ਨੂੰ? 1552 ਤੋਂ 1574 ਈਸਵੀ ਤੱਕ ਉਹ ਗੁਰਗੱਦੀ 'ਤੇ ਬੈਠੇ। ਸ਼ੁਰੂ ਕੀਤੀ ਉਹਨਾਂ ਨੇ ਮੰਜੀ ਪ੍ਰਥਾ। ਰਚਨਾ ਕਿਹੜੀਆਂ ਸੀ ਉਹਨਾਂ ਦੇ? ਆਨੰਦ ਸਾਹਿਬ, 907 ਸ਼ਬਦ ਨੇ। ਸ਼ਹਿਰ ਕਿਹੜਾ ਵਸਾਇਆ ਸੀ ਉਹਨਾਂ ਨੇ? ਗੋਇੰਦਵਾਲ ਸਾਹਿਬ, ਜੋ ਅੱਜ ਕੱਲ੍ਹ ਜ਼ਿਲ੍ਹਾ ਤਰਨ ਤਾਰਨ ਵਿਖੇ ਹੈ। ਨਿਰਮਾਣ ਕੀਤਾ ਬੌਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ। ਪ੍ਰਚਾਰ ਕੀਤਾ ਪਹਿਲੇ ਪੰਗਤ, ਪਾਛੇ ਸੰਗਤ, ਸੰਗਤ ਤੋਂ ਪਹਿਲਾਂ ਪੰਗਤ। ਪੰਗਤ ਭਾਵ ਇੱਕ ਲਾਈਨ ਦੇ ਵਿੱਚ ਬੈਠ ਕੇ, ਕੋਈ ਵੀ ਚਾਹੇ ਕੋਈ ਅਮੀਰ ਗਰੀਬ ਹੈ, ਕੋਈ ਕਿਸੇ ਜਾਤ ਪਾਤ ਦਾ ਭੇਦਭਾਵ ਨਹੀਂ ਸੀ, ਸਾਰੇ ਇੱਕ ਕਤਾਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਬੈਠ ਕੇ ਲੰਗਰ ਛਕਦੇ ਸੀਗੇ। ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ। ਉੱਤਰਾਧਿਕਾਰੀ ਕੌਣ ਸੀ? ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ। ਜੋਤੀ ਜੋਤ ਸਮਾਉਣਾ ਗੋਇੰਦਵਾਲ ਸਾਹਿਬ ਵਿਖੇ 1574 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ ਸੀ। ਅੱਗੇ ਆਪਣੇ ਹੈਗੇ ਨੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ। ਜਨਮ ਉਹਨਾਂ ਦਾ 1534 ਈਸਵੀ,
ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਮਾਤਾ ਪਿਤਾ ਮਾਤਾ ਦਇਆ ਕੌਰ ਜੀ, ਪਿਤਾ ਸ਼੍ਰੀ ਹਰੀਦਾਸ ਜੀ, ਪਤਨੀ ਬੀਬੀ ਭਾਨੀ ਜੀ, ਸਪੁੱਤਰ ਪ੍ਰੀਤੀ ਚੰਦ, ਮਹਾਂਦੇਵ, ਸ਼੍ਰੀ ਗੁਰੂ ਅਰਜਨ ਦੇਵ ਜੀ। ਗੁਰਗੱਦੀ 1574 ਤੋਂ 1581 ਈਸਵੀ ਦੇ ਵਿੱਚ ਆਰੰਭ ਕੀਤੀ ਮਸੰਦ ਪ੍ਰਥਾ। ਰਚਨਾ 30 ਰਾਗਾਂ ਦੇ ਵਿੱਚ ਅਤੇ 679 ਸ਼ਬਦ। ਸ਼ਹਿਰ ਵਸਾਇਆ ਅੰਮ੍ਰਿਤਸਰ, ਰਾਮਦਾਸਪੁਰਾ, ਗੁਰੂ ਕਾ ਚੱਕ। ਸਮੇਂ ਦੇ ਮੁਗਲ ਬਾਦਸ਼ਾਹ ਅਕਬਰ, ਉੱਤਰਾਧਿਕਾਰੀ ਗੁਰੂ ਅਰਜਨ ਦੇਵ ਜੀ, ਜੋਤੀ ਜੋਤ ਸਮਾਉਣਾ ਗੋਇੰਦਵਾਲ ਸਾਹਿਬ ਵਿਖੇ 1581 ਈਸਵੀ ਦੇ ਵਿੱਚ। ਅੱਗੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ, ਜਨਮ ਉਹਨਾਂ ਦਾ 1563 ਈਸਵੀ ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ, ਮਾਤਾ ਪਿਤਾ ਮਾਤਾ ਭਾਨੀ ਜੀ, ਪਿਤਾ ਸ਼੍ਰੀ ਗੁਰੂ ਰਾਮਦਾਸ ਜੀ, ਪਤਨੀ ਮਾਤਾ ਗੰਗਾ ਜੀ, ਸਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਜੀ। ਗੁਰਗੱਦੀ 'ਤੇ ਬੈਠੇ 1581 ਤੋਂ 1606 ਈਸਵੀ ਤੱਕ। ਸੰਪੂਰਨ ਕਰਵਾਇਆ ਅੰਮ੍ਰਿਤਸਰ ਸਰੋਵਰ, ਸੰਤੋਖਸਰ ਅਤੇ ਰਾਮਸਰ ਸਰੋਵਰ। ਉਸਾਰੀ ਕਰਵਾਈ ਸ਼੍ਰੀ ਹਰਿਮੰਦਰ ਸਾਹਿਬ। ਸੱਦਾ ਭੇਜਿਆ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਮੁਸਲਿਮ ਸੂਫੀ ਸਾਈਂ ਸੰਤ ਮੀਆਂ ਮੀਰ ਜੀ ਨੂੰ। ਰਚਨਾ 30 ਰਾਗਾਂ ਦੇ ਵਿੱਚ 2218 ਸ਼ਬਦ। ਪ੍ਰਸਿੱਧ ਰਚਨਾਵਾਂ ਸ਼੍ਰੀ ਸੁਖਮਨੀ ਸਾਹਿਬ ਜੀ, 52 ਅੱਖਰੀ, 12ਵਾਂ, ਸ਼ਹਿਰ ਵਸਾਇਆ ਕਰਤਾਰਪੁਰ ਅਤੇ ਕਰਤਾਰਪੁਰ ਸਾਹਿਬ ਅਤੇ ਸ਼੍ਰੀ ਹਰਗੋਬਿੰਦਪੁਰਾ। ਸੰਪਾਦਨ ਕਾਰਜ ਆਦਿ ਗ੍ਰੰਥ 1604 ਈਸਵੀ ਦੇ ਵਿੱਚ। ਪਰੰਪਰਾ ਸ਼ੁਰੂ ਕੀਤੀ ਦਸਵੰਧ, ਆਮਦਨ ਦਾ 10ਵਾਂ ਹਿੱਸਾ ਲੋੜਵੰਦਾਂ ਨੂੰ ਦਾਨ ਦੇਣਾ। ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ। ਉੱਤਰਾਧਿਕਾਰੀ ਸ਼੍ਰੀ ਗੁਰੂ ਹਰਗੋਬਿੰਦ ਜੀ, ਜੋਤੀ ਜੋਤ 1606 ਤੋਂ 1606 ਵਿੱਚ ਲਾਹੌਰ ਵਿਖੇ। ਵਿਸ਼ੇਸ਼ ਸ਼ਹੀਦੀ ਪਾਉਣ ਵਾਲੇ ਪਹਿਲੇ ਸਿੱਖ ਗੁਰੂ, ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ, ਪੰਜਵੇਂ ਗੁਰੂ। ਅੱਗੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ, ਜਨਮ 1595 ਈਸਵੀ ਦੇ ਵਿੱਚ ਅੰਮ੍ਰਿਤਸਰ ਨੇੜੇ ਪਿੰਡ ਬਟਾਲੀ ਵਿਖੇ। ਮਾਤਾ ਪਿਤਾ ਮਾਤਾ ਗੰਗਾ ਜੀ, ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ, ਪਤਨੀ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਂਦੇਵੀ ਜੀ। ਇਹਨਾਂ ਦੇ ਅਲੱਗ ਅਲੱਗ ਨਾਮ ਸੀਗੇ। ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਬਾਬਾ ਸੂਰਜਮੱਲ, ਸ਼੍ਰੀ ਅਟਲ ਰਾਏ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਸਪੁੱਤਰੀ ਬੀਬੀ ਬੀਰੋ ਜੀ, ਗੁਰਗੱਦੀ 1606 ਤੋਂ 44 ਈਸਵੀ ਤੱਕ। ਬਖਸ਼ਿਸ਼ ਕੀਤੀ ਮੀਰੀ ਅਤੇ ਪੀਰੀ, ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਪਛਾਣ ਬੰਦੀ ਛੋੜ, ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਕੈਦ ਦੇ ਵਿੱਚੋਂ ਛੁਡਵਾ ਕੇ ਲੈ ਗਏ ਸੀ। ਉਹਨਾਂ ਨੇ 52 ਕਲੀਆਂ ਲਾਈ, ਉਹਨਾਂ ਨੇ ਆਪਣੇ ਚੋਲਾ ਪਾਇਆ ਸੀ, ਜਿਨ੍ਹਾਂ ਕਲੀਆਂ ਨੂੰ ਫੜ ਕੇ 52 ਰਾਜਿਆਂ ਨੂੰ ਗਵਾਲੀਅਰ ਦੀ ਕੈਦ ਦੇ ਵਿੱਚੋਂ ਛੁਡਾਇਆ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ। ਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਪਾਂ ਦੀਵਾਲੀ ਦਾ ਤਿਉਹਾਰ ਵੀ ਮਨਾਉਂਦੇ ਹਾਂ ਸਿੱਖ ਧਰਮ ਦੇ ਵਿੱਚ। ਉਸਾਰੀ ਕਰਵਾਈ ਸ਼੍ਰੀ ਅਕਾਲ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ, ਕੌਲਸਰ ਅਤੇ ਵਿਵੇਕਸਰ। ਅੰਮ੍ਰਿਤਸਰ ਵਿਖੇ ਲੋਹਗੜ੍ਹ ਕਿਲੇ ਦਾ ਨਿਰਮਾਣ ਕਰਵਾਇਆ। ਸ਼ਹਿਰ ਵਸਾਇਆ ਕੀਰਤਪੁਰ ਸਾਹਿਬ। ਸਮਕਾਲੀ ਮੁਗਲ ਬਾਦਸ਼ਾਹ ਕਿਹੜੇ ਸੀ? ਜਹਾਂਗੀਰ ਅਤੇ ਸ਼ਾਹਜਹਾਂ। ਉੱਤਰਾਧਿਕਾਰੀ ਸ਼੍ਰੀ ਗੁਰੂ ਹਰਰਾਏ ਜੀ, ਜੋਤੀ ਜੋਤ 1644 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ। ਅੱਗੇ ਆਪਣੇ ਸੱਤਵੇਂ ਗੁਰੂ ਸ਼੍ਰੀ ਗੁਰੂ ਹਰਰਾਏ ਜੀ, ਜਨਮ 1630 ਈਸਵੀ ਦੇ ਵਿੱਚ ਕਰਤਾਰਪੁਰ ਸਾਹਿਬ ਵਿਖੇ। ਮਾਤਾ ਪਿਤਾ ਨਿਹਾਲ ਕੌਰ ਜੀ, ਮਾਤਾ ਨਿਹਾਲ ਕੌਰ ਜੀ, ਪਿਤਾ ਬਾਬਾ ਗੁਰਦਿੱਤਾ ਜੀ, ਪਤਨੀ ਮਾਤਾ ਕ੍ਰਿਸ਼ਨ ਕੌਰ ਜੀ, ਸਪੁੱਤਰ ਸ਼੍ਰੀ ਰਾਮ ਰਾਏ ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਗੁਰਗੱਦੀ 1644 ਈਸਵੀ ਤੋਂ 1661 ਈਸਵੀ ਤੱਕ। ਆਸ਼ੀਰਵਾਦ ਦਿੱਤਾ ਦਾਰਾ ਸ਼ਿਕੋਹ, ਸ਼ਾਹਜਹਾਂ ਦਾ ਵੱਡਾ ਪੁੱਤਰ ਸੀ ਜਿਹੜਾ ਗੁਰੂ ਹਰਰਾਏ ਜੀ ਦੇ ਕੋਲ ਆਇਆ ਸੀ। ਸਮਕਾਲੀ ਮੁਗਲ ਬਾਦਸ਼ਾਹ ਸ਼ਾਹਜਹਾਂ ਅਤੇ ਔਰੰਗਜ਼ੇਬ।
ਉੱਤਰਾਧਿਕਾਰੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਜੋਤੀ ਜੋਤ ਸਮਾਉਣਾ 1661 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ। ਮਹਾਨ ਕਾਰਜ, ਕੀਰਤਪੁਰ ਸਾਹਿਬ ਵਿਖੇ ਰੋਗੀਆਂ ਲਈ ਦਵਾਖਾਨਾ ਬਣਾਇਆ ਅਤੇ ਕਾਲ ਪੀੜਤਾਂ ਦੀ ਸਹਾਇਤਾ ਕੀਤੀ। ਅੱਗੇ ਆਪਣੇ 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਜਨਮ 1656 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ। ਮਾਤਾ ਪਿਤਾ ਮਾਤਾ ਕ੍ਰਿਸ਼ਨ ਕੌਰ ਜੀ, ਪਿਤਾ ਗੁਰੂ ਹਰ ਰਾਏ ਜੀ। ਮਹਾਨ ਕਾਰਜ, ਚੇਚਕ ਪੀੜਤਾਂ ਦੀ ਸੇਵਾ ਕਰਦਿਆਂ ਪ੍ਰਾਣ ਤਿਆਗ ਦਿੱਤੇ। ਗੁਰਗੱਦੀ 1661 ਈਸਵੀ ਤੋਂ 1664 ਈਸਵੀ ਤੱਕ। ਪਛਾਣ ਮੰਨਿਆ ਜਾਂਦਾ ਹੈ ਬਾਲਾ ਪ੍ਰੀਤਮ, ਸਭ ਤੋਂ ਛੋਟੀ ਉਮਰ ਦੇ ਸੀ ਆਪਣੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਦਿੱਲੀ ਵਿਖੇ ਜਿੱਥੇ ਰੁਕੇ ਮਿਰਜ਼ਾ ਜੈ ਸਿੰਘ ਰਾਏ ਸਿਨਾ ਦੇ ਘਰ, ਮਿਰਜ਼ਾ ਜੈ ਸਿੰਘ ਰਾਏ ਸਿਨਾ ਦੇ ਘਰ ਰੁਕੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਵਿਖੇ, ਬੰਗਲਾ ਸਾਹਿਬ ਹੈ ਦਿੱਲੀ ਦੇ ਵਿੱਚ। ਸਮਕਾਲੀ ਮੁਗਲ ਬਾਦਸ਼ਾਹ ਔਰੰਗਜ਼ੇਬ, ਉੱਤਰਾਧਿਕਾਰੀ ਗੁਰੂ ਤੇਗ ਬਹਾਦਰ ਜੀ। ਜੋਤੀ ਜੋਤ ਸਮਾਉਣਾ 1664 ਈਸਵੀ ਦੇ ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਸੀ। ਅੱਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ, 9ਵੇਂ ਗੁਰੂ ਸ਼੍ਰੀ ਤੇਗ ਬਹਾਦਰ ਜੀ, ਜਨਮ 1621 ਈਸਵੀ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮਾਤਾ ਪਿਤਾ ਮਾਤਾ ਨਾਨਕੀ ਜੀ, ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਪਤਨੀ ਮਾਤਾ ਗੁਜਰੀ ਜੀ, ਸਪੁੱਤਰ ਗੋਬਿੰਦ ਰਾਏ ਜਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਗੁਰਗੱਦੀ 1664 ਤੋਂ 1675 ਈਸਵੀ ਤੱਕ। ਰਚਨਾ ਸਲੋਕ ਮਹੱਲਾ 9 ਅਤੇ 15 ਰਾਗ। ਸਥਾਪਿਤ ਕੀਤਾ ਚੱਕ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ, ਸ਼ਹਾਦਤ। ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ 'ਤੇ ਚਾਂਦਨੀ ਚੌਂਕ ਦਿੱਲੀ ਵਿਖੇ ਧੜ ਨਾਲੋਂ ਸੀਸ ਅਲੱਗ ਕਰ ਦਿੱਤਾ। ਚਾਂਦਨੀ ਚੌਂਕ ਵਿਖੇ ਦਿੱਲੀ ਵਿਖੇ ਧੜ ਨਾਲੋਂ ਸੀਸ ਅਲੱਗ ਕਰ ਦਿੱਤਾ ਗਿਆ। ਯਾਦ ਵਿੱਚ ਬਣੇ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਇਹ ਗੁਰਦੁਆਰੇ ਉਹਨਾਂ ਦੀ ਯਾਦ ਦੇ ਵਿੱਚ ਬਣੇ। ਸੀਸ ਨੂੰ ਲੈ ਕੇ ਆਏ ਭਾਈ ਜੈਤਾ ਜੀ। ਸੀਸ ਦਾ ਸੰਸਕਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਜੋਤੀ ਜੋਤ ਸਮਾਉਣਾ 1675 ਈਸਵੀ ਦੇ ਵਿੱਚ ਚਾਂਦਨੀ ਚੌਂਕ ਦਿੱਲੀ ਵਿਖੇ। ਉੱਤਰਾਧਿਕਾਰੀ ਗੋਬਿੰਦ ਰਾਏ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਅੱਗੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਨਮ 1666 ਈਸਵੀ ਵਿੱਚ ਪਟਨਾ ਸਾਹਿਬ ਵਿਖੇ। ਮਾਤਾ ਪਿਤਾ ਮਾਤਾ ਗੁਜਰੀ ਜੀ, ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ, ਪਤਨੀ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ। ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ। ਗੁਰਗੱਦੀ 1675 ਤੋਂ 1708 ਈਸਵੀ ਤੱਕ। ਮਹਾਨ ਕਾਰਜ, 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ। ਸ਼ਹਿਰ ਵਸਾਇਆ ਪਾਉਂਟਾ ਸਾਹਿਬ। ਰਚਨਾਵਾਂ ਦਸਮ ਗ੍ਰੰਥ ਵਾਹ ਸ਼੍ਰੀ ਭਗਵਤੀ ਜੀ ਕੀ, ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ, ਜਪ ਸਾਹਿਬ, ਸਵੱਈਏ ਅਤੇ ਜ਼ਫਰਨਾਮਾ। ਉੱਤਰਾਧਿਕਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੋਤੀ ਜੋਤ ਸਮਾਉਣਾ 1708 ਈਸਵੀ ਵਿੱਚ ਨਾਂਦੇੜ, ਮਹਾਰਾਸ਼ਟਰ ਵਿਖੇ। ਧੰਨਵਾਦ ਜੀ।